ਜਿੰਨਾ ਮਾਵਾਂ ਦੇ ਪੁੱਤ ਤੁਰ ਜਾਂਦੇ ਜਿਉਂਦੀਆਂ ਥੋੜੋਂ ਨੇ ਵਿਚਾਰਾਂ ਤਨ 300 ਦਿਹਾੜੀ ਲੈਂਦੀਆਂ ਤੇ ਉਦੋਂ ਜ਼ਿਆਦੇ ਬੰਦਾ ਨਸ਼ੇ ਕਰ ਜਾਂਦੇ ਆ ਮਾਂ ਦੇ ਮਾਂਜ ਕੇ ਰੋਟੀ ਪਕਾ ਕੇ ਬਰਤਨ ਮਾਂਜ ਕੇ ਮੈਂ ਬੱਚਾ ਪਾਲਿਆ ਸੀ ਆਪਦਾ 20 ਸਾਲ ਦਾ ਜੀ ਮੇਰੇ ਘਰ ਦਾ ਦੀਵਾ ਹੀ ਗੁੱਲ ਹੋ ਗਿਆ ਜੀ ਗਲੀ ਮੇਰੀ ਏਕ ਆ ਤੇ ਅੱਡੇ ਮੇਰੀ ਗਲੀ ਦੇ ਵਿੱਚ ਚਾਰ ਬਣੇ ਪਏ ਆ ਜੀ ਤੁਹਾਨੂੰ ਅੱਡੋ ਅੱਡ ਦਿਖਾ ਦਿੰਨੀ ਆ ਜੀ ਜੇ ਨਹੀਂ ਤਾਂ ਹਾਂ ਖੰਡ ਚਾਹ ਆਂਗੂ ਨਸ਼ਾ ਵੀ ਕੀ ਜਾਂਦਾ ਜੀ ਹਾਂਜੀ ਹਾਂਜੀ ਮੇਰਾ ਮੁੰਡਾ ਵੀ ਮੁੱਕ ਗਿਆ ਜੀ 28 ਸਾਲ ਦਾ ਨਸ਼ੇ ਨਾਲ ਹੀ ਸਾਲ ਹੋਇਆ ਜੀ ਨਸ਼ਾ ਖਾ ਕੇ ਮੁੱਕ ਗਿਆ ਜੀ ਉਹ ਵੀ ਨਸ਼ਾ ਖਾ ਕੇ ਹਾਂਜੀ ਹਾਂਜੀ ਕੋਲੋਂ ਆਪਦੇ ਖੁਦ ਸਰਿੰਜਾ ਵੀ ਦੇ ਦਿੰਦੇ ਜੀ ਕਹਿੰਦੇ ਜੇ ਤੁਹਾਡੇ ਕੋਲ ਨਹੀਂ ਪੈਸੇ ਹੈਗੇ ਤਾਂ ਸਾਡੇ ਕੋਲੋਂ ਪੈਸੇ ਲੈ ਜਾਓ ਸਰਿੰਜਾ ਜਾ ਕੇ ਲੈ ਕੇ ਖਰੀਦ ਕੇ ਲੈ ਆ ਕੇ ਆਪ ਖੁਦ ਲਾਓ ਜਾ ਮੇਰਾ ਮੁੰਡਾ ਜੀ ਕੋਹਰਾ ਸਿੰਘ ਸੀਗਾ ਉਹਨੇ ਨਾ ਨਸ਼ੇ ਦੇ ਖਿਲਾਫ ਮਨਿਆਦੀ ਕਰੀ ਸੀ ਗੁਰਦੁਆਰੇ ਵੀ ਮੇਰੇ ਨਾਲ ਸਾਰੇ ਰਲੋ ਤੇ ਵੀ ਆਪਾਂ ਨਸ਼ਾ ਚਕਾਵਾਂਗੇ ਉਹਨਾਂ ਨੇ ਮੇਰੇ ਮੁੰਡੇ ਦਾ ਗੁਰਦੁਆਰੇ ਜਾ ਕੇ ਸਿਰ ਪਾੜਤਾ ਮੈਂ ਆਪਦੇ ਮੁੰਡੇ ਤੇ 2 ਲੱਖ ਰੁਪਇਆ ਲਈ ਬੈਠਿਆ ਮੈਨੂੰ ਪਤਾ ਹਜੇ ਤੱਕ ਮੈਂ ਕਰਜ਼ਾ ਲਈ ਬੈਠਿਆ ਪਰ ਸਰਕਾਰ ਨੇ ਸਾਡੀ ਕੋਈ ਸੁਣਾਈ ਨਹੀਂ ਕਰੀ ਸਾਡੇ ਬੰਦੇ ਨਸ਼ਾ ਖਾ ਕੇ ਜੀ ਬਹੁਤ ਖਤਮ ਹੋਏ ਪਏ ਹੈ ਜੀ ਅਸੀਂ ਆਪਦਾ ਟਾਈਮ ਪਾਸ ਕਰੀਏ ਕਿ ਆਪਦੇ ਬੱਚਿਆਂ ਨੂੰ ਪਾਲ ਗਏ ਬੰਦੇ ਸਾਡੇ ਖਰਚਾ ਨਹੀਂ ਦਿੰਦੇ ਅਸੀਂ ਦਿਹਾੜੀ ਮਜ਼ਦੂਰੀ ਕਰਦੇ ਆਪਦਾ ਟਾਈਮ ਪਾਸ ਕਰਦੇ ਆ ਨਸ਼ੇ ਜਿਹੜੇ ਵੇਚਦੇ ਇਹਨਾਂ ਤੇ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਨੂੰ ਡਰ ਹੈ ਵੀ ਸਾਨੂੰ ਧਮਕੀਆਂ ਦਿੰਦੇ ਅਸੀਂ ਖੇਤਵਾਨ ਨੇ ਜੀ ਇਕੱਲਿਆਂ ਨੇ ਵੀ ਜਾਣਾ ਸਾਨੂੰ ਇਹਨਾਂ ਦਾ ਡਰ ਹੈ ਜੀ ਸਾਡੇ ਨਾਲ ਕੁਝ ਵੀ ਕਰ ਸਕਦੇ ਨੇ ਵੋਟਾਂ ਵਾਸਤੇ ਤਾਂ ਆ ਜਾਂਦੇ ਨੇ ਹੱਥ ਜੋੜਦੇ ਤੇ ਨਸ਼ਿਆਂ ਵਾਸਤੇ ਜਿਹੜੇ ਐਮਪੀ ਮੰਤਰੀ ਬਣਦੇ ਉਹੀ ਪਹਿਲੇ ਨਸ਼ਾ ਵੇਚਦੇ ਨੇ ਗੋਲੀਆਂ ਖਾਣੇ ਵਾਲਿਆਂ ਨੂੰ ਗੋਲੀਆਂ ਦਿੰਦੇ ਨੇ दारू ਵਾਲਿਆਂ ਨੂੰ दारू ਦਿੰਦੇ ਨੇ ਫਿਰ ਵੋਟਾਂ ਮੰਗਦੇ ਨੇ संजीवनी अस्पताल बाल एवं शिशु रोग जनरल सर्जरी प्लास्टिक सर्जरी न्यूरो सर्जरी नेत्र रोग फिजियोथेरेपी स्त्री एवं प्रस्तुति रोग हृदय एवं शुगर रोग हड्डी एवं जोड़ रोग कार्डियोलॉजी दंत रोग इमरजेंसी चिकित्सक सुविधाओं में एक भरोसेमंद नाम है नमस्कार मैं हूं प्रमोद और आप देखना शुरू कर चुके हैं दी सड़कनामा डॉट कॉम इस वक्त मैं मौजूद हूं सिरसा जिला के गांव बप्पा में और जैसा कि आप सब लोग जानते हैं हम हर रोज ये आवाज उठाते हैं कि सिरसा जिला नशे की चपेट में है क्योंकि सिरसा जिला की सीमा पंजाब और राजस्थान के साथ लगती है यहाँ पर बॉर्डर का इलाका है जहां पर नशा है वो लगातार बढ़ता जा रहा है और चिट्टा नशा है वो हर मुद्दा होता है चाहे विधानसभा चुनाव की बात करें चाहे लोकसभा चुनाव की बात करें लेकिन चिट्टा पर अभी भी नकेल है वो नहीं लग पाई है बेशक राजनेता और पुलिस ये दम भरती है कि चिट्टा सिरसा जिला से ख़त्म कर देंगे लेकिन ख़त्म नहीं हो पा रहा है आपको दिखा रहे हैं तस्वीरें तमाम महिलाएं हैं वो हमारे कैमरे के सामने हैं और क्योंकि महिलाएं हैं जब कैमरे के सामने आती है तो आप देखिए कि मामला कितना गंभीर है क्योंकि पिछले एक सप्ताह से यहाँ पर दो युवकों की मौत हो चुकी है नशे के चलते नशे के ओवरडोज के चलते यहाँ पर दो युवकों की मौत हो चुकी है और अभी भी यहाँ पर दर्जनों युवक ऐसे हैं जो नशा की चपेट में हैं यानी कि इंजेक्शन लगाते हैं आखिर कौन लोग हैं जो इसका व्यापार करते हैं पुलिस के हाथ अब तक उन लोगों तक क्यों नहीं पहुँचे ये बड़ा सवाल है क्योंकि लंबे समय से इस इलाके में ये जो पुराना रोड़ी विधानसभा क्षेत्र है अब जो काला वाली विधानसभा क्षेत्र है वहाँ पर नशे के जो मामले हैं वो लगातार बढ़ रहे हैं पूरा सिरसा जिला नशे की चपेट में आप देख रहे हैं हमारे साथ एक माता है जिनका बच्चा है वो नशे की चपेट में आ जाता है और देखते देखते उसकी मौत हो जाती है महिलाओं ने अपने लाल खोए हैं इस नशे को लेकर के और आपको दिखा रहे हैं कि महिलाओं के चेहरे पे गुस्सा जरूर है कि आखिर ਇਹ ਨਸ਼ਾ ਹੈ ਉਹ 유ਵਾਂ ਨੂੰ ਨਿਗਲਤਾ ਕਿਉਂ ਜਾ ਰਹਾ ਹੈ? ਹਮਾਰੇ ਸਾਥ ਕਾਫੀ ਸੰਖਿਆ ਮੇ ਮਹਿਲਾਏ ਹੈ। ਹਮ ਹੁਨਸੇ ਚਰਚਾ ਕਰੇਗੇ। ਜੀ ਮਾਤਾ ਜੀ ਕੀ ਨਾਮ ਆਪਕਾ? ਹਰਪ੍ਰੀਤ ਜੀ। ਜੀ। ਤੋ ਕੀ ਕੀ ਵਾਕਿਆ ਹੁਆ ਆਜ ਸਾਰੀ ਮਹਿਲਾਏ ਯਹਾਂ ਪੇ ਇਕੱਠੀ ਹੋਈ ਹੈ। ਕੀ ਕਹੇਗੇ? ਮੇਰਾ ਜੀ ਮੇਰਾ ਲੜਕਾ ਇਹਨਾਂ ਨੇ ਬੱਕਰੀਆਂ ਨੂੰ ਲਾ ਲਿਆ ਜੀ। ਮੈਨੂੰ ਕੋਈ ਉਹਦਾ ਪਤਾ ਨਹੀਂ ਸੀ ਨਸ਼ਾ ਕਰਦੇ ਦਾ। ਇਹਦੇ ਗੋਲੀਆਂ ਵੀ ਦਿੰਦੇ ਰਹੇ ਆ ਜੀ। ਚਿੱਟਾ ਵੀ ਦਿੰਦੇ ਰਹੇ ਆ। ਮੇਰੇ ਮੁੰਡੇ ਨੂੰ ਦੁਪਹਿਰ ਦੇ ਟਾਈਮ ਚ ਆ ਫੜਾ ਕੇ ਆਈ ਹੈ। ਇਹਨਾਂ ਨੇ ਸਾਰਾ ਕੁਝ ਕਰ ਕਰਾ ਕੇ ਤੜਫਦਾ ਛੱਡ ਕੇ ਮੇਰੇ ਬੱਚੇ ਨੂੰ ਚੱਕਿਆ ਨਹੀਂ ਇਹਨੇ ਤੜਫਦਾ ਛੱਡ ਕੇ ਘਰੇ ਆ ਗਿਆ ਪਿੰਡ 'ਚ ਆ ਗਿਆ ਇਹਨੂੰ ਐ ਸੀ ਵੀ ਉਲਟਾ ਸਿੱਧਾ ਕੋਈ ਬਿਆਨ ਨਾ ਬੱਚੇ ਦੇ ਮੂੰਹ 'ਚੋਂ ਨਿਕਲ ਜੇ ਇਹਨੇ ਅੱਖਾਂ ਵੀ ਇਹਨੂੰ ਮਰ ਜਾਣ ਦੀ ਮੇਰਾ ਲੜਕੇ ਨੇ ਜਦੋਂ ਸਾਹ ਦੇਤੇ ਜੀ ਉਦੋਂ ਇਹਨੇ ਚੱਕਿਆਗਾ ਜਾ ਕੇ ਇਹਨਾਂ ਨੇ ਤੇ ਘੜੀਸ ਕੇ ਲਿਆਏ ਐ ਮੋਟਰਸਾਈਕਲ ਤੇ ਗੱਡੀ ਤੇ ਵੀ ਨਹੀਂ ਮੇਰੇ ਲੜਕੇ ਨੂੰ ਲਿਆਏਗੇ ਲੰਬਾ ਉੱਚਾ ਸੀਗਾ 20 ਸਾਲ ਦਾ ਸੀਗਾ ਜੀ ਇਹਨਾਂ ਨੇ ਤੇ ਟੀਕਾ ਇਹਨਾਂ ਦੇ ਕਰਨ ਲੱਗਿਆ ਜਿੱਤੇ ਮੈਨੂੰ ਧਮਕੀਆਂ ਤੇ ਧਮਕੀਆਂ ਮਾਰੀ ਜਾਂਦੇ ਆ ਕਹਿੰਦੇ ਅਸੀਂ ਤਾਂ ਇਹੀ ਜ਼ਿੰਦਗੀ ਦੇ ਵਿੱਚ ਇਹੀ ਕੰਮ ਕਰਨਾਗਾ ਵੀ ਜਿੱਥੇ ਮਰਜੀ ਭਜਲਾ ਹੋਰ ਬਾਕੀ ਕਿਤਨੇ ਯੁਵਾ ਹੈ ਜੋ ਚਪੇਟ ਮੇ ਹਨ ਸੇ ਕੀ ਬਹੁਤ ਆ ਜੀ ਜੀ ਗਨੇ ਆ ਜੀ ਵਿਡੀਓ ਮੇਂ ਨਸ਼ਾ ਬਿਕਤਾ ਹੈ ਦੁਕਾਨੋਂ ਪੇ ਗਲੀ ਗਲੀ ਮੇਰੀ ਏਕ ਤੇ ਅੱਡੇ ਮੇਰੀ ਗਲੀ ਦੇ ਵਿੱਚ 4 ਬਣੇ ਪਏ ਹੈ ਜੀ ਤੁਹਾਨੂੰ ਅੱਡੋ ਅੱਡ ਦਿਖਾ ਦਿੰਨੀ ਹੈ ਜੀ ਜੇ ਨਹੀਂ ਤਾਂ ਵਾਪਸ ਨਸ਼ਾ ਬਿਕਤਾ ਹੈ ਹਾਂ ਖੰਡਚਾ ਆਂਗੂ ਨਸ਼ਾ ਵੀ ਕੀ ਜਾਂਦਾ ਜੀ ਖੰਡ ਪੁਲਿਸ ਕੁਛ ਨਹੀਂ ਕਰਦੀ ਪੁਲਸੀ ਮੈਂ ਦਰਖਾਸਤ ਲੈ ਕੇ ਗਈ ਮੇਰਾ 20 ਸਾਲ ਦਾ ਲੜਕਾ ਦਿੱਥੋਈ ਤਾਂ ਮੈਂ ਦਰਖਾਸਤ ਲੈ ਕੇ ਗਈ ਤੇ ਗੁੜੇ ਥਾਣੇ ਵਾਲਿਆਂ ਨੇ ਮੈਨੂੰ ਬਾਹਰ ਅੱਗੋਂ ਮੋੜਤਾ ਧਮਕੀ ਦੇ ਕੇ ਕਹਿੰਦੇ ਕੋਈ ਕੋਈ ਤੇਰੀ ਦਰਖਾਸਤ ਦੀ ਸੁਣਾਈ ਨਹੀਂ ਕਹਿੰਦੇ ਇਸ ਹੱਬ ਤਾਂ ਫਿਰ ਰਿਸਪਤ ਖਾਲੀ ਜੀ ਥਾਣੇ ਦੇ ਵਿੱਚ ਤੇ ਜੀ ਮੇਰੇ ਮੈਂ ਤਾਂ ਮੇਰੇ ਬੱਚੇ ਦਾ ਇਨਸਾਫ ਮੰਗਣਾ ਚਾਹੁੰਨੀ ਆ ਲੈਣਾ ਚਾਹੁੰਨੀ ਆ ਵੀ ਮੇਰਾ ਕਿਸ ਕਾਰਨ ਉਹ ਹੋ ਗਿਆ ਇਹਨਾਂ ਨੇ ਨਸ਼ੇ ਦੇ ਟੀਕੇ ਲਵਾਤੇ ਜੀ ਮੈਨੂੰ ਕੋਈ ਕਾਰਵਾਈ ਕਰਨ ਦਿੱਤੀ ਨਹੀਂ ਮੇਰੇ ਬੱਚੇ ਦੀ ਹਾਂਜੀ ਹੋਰ ਮਹਿਲਾਇਆਂ ਵੀ ਹੈ ਹਾਂਜੀ ਕੀ ਕਹਿੰਗੇ ਜੀ ਹਾਂਜੀ ਹਾਂਜੀ ਮੇਰਾ ਮੁੰਡਾ ਵੀ ਮੁੱਕਿਆਗਾ ਜੀ 28 ਸਾਲ ਦਾ ਨਸ਼ੇ ਨਾਲੀ ਕਿੰਨੇ ਦਿਨ ਕਿਤਨੇ ਦਿਨ ਹੋ ਗਏ ਤਿੰਨ ਆ ਤੀਜਾ ਮਹੀਨਾ ਲੱਗ ਗਿਆ ਜੀ ਜੀ ਹਾਂਜੀ ਤਾਂ ਕਿਵੇਂ ਮਤਲਬ ਮਤਲਬ ਨਸ਼ਾ ਕਿਵੇਂ बिकਦਾ ਹੈ ਕੋਈ ਨਕελ ਨਹੀਂ ਹਾਂਜੀ ਇਹੀ ਵੇਚਦੇ ਨੇ ਹੋਰ ਕੌਣ ਵੇਚਦਾ ਇਹੀ ਵੇਚਦੇ ਨੇ ਪੁਲਿਸ ਕੋ ਪਤਾ ਇਸ ਚੀਜ਼ ਦਾ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ ਕੋਈ ਸੁਣਦੇ ਹੀ ਨਹੀਂ ਪੁਲਿਸ ਜੀ ਸਾਡੀ ਕੋਈ ਨਹੀਂ ਸੁਣਦੀ ਪੁਲਿਸ ਪੁਲਿਸ ਸੁਣਦੀ ਨਹੀਂ ਵੀਰੂ ਸਿੰਘ ਵੇਚਦਾ ਹਾਂ ਸੁਣਦੀ ਨਹੀਂ ਪੁਲਿਸ ਅੱਛਾ ਪੁਲਿਸ ਨਹੀਂ ਸੁਣਦੀ ਹਾਂ ਨਹੀਂ ਜੀ ਕੁਝ ਹੋਰ ਮਹਿਲਾਏ ਹਮਾਰੇ ਪਾਸ ਹਾਂਜੀ ਹਾਂਜੀ ਸਰ ਜੀ ਸਾਡੇ ਬੰਦੇ ਨਸ਼ਾ ਖਾ ਕੇ ਜੀ ਬਹੁਤ ਖਤਮ ਹੋਏ ਪਏ ਆ ਜੀ ਅਸੀਂ ਆਪਦਾ ਟਾਈਮ ਪਾਸ ਕਰੀਏ ਕਿ ਆਪਦੇ ਬੱਚਿਆਂ ਨੂੰ ਪਾਲ ਗਏ ਬੰਦੇ ਸਾਡੇ ਖਰਚਾ ਨਹੀਂ ਦਿੰਦੇ ਅਸੀਂ ਦਿਹਾੜੀ ਮਜਬੂਰੀ ਕਰਦੇ ਆ ਆਪਦਾ ਟਾਈਮ ਪਾਸ ਕਰਦੇ ਆ ਨਸ਼ੇ ਜਿਹੜੇ ਵੇਚਦੇ ਇਹਨਾਂ ਤੇ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਹਾਂਜੀ ਹਾਂਜੀ ਮੇਰਾ ਵੀ ਬੱਚਾ ਜੀ 20 ਸਾਲਾਂ ਦਾ ਜੀ ਨਸ਼ਾ ਕਰਦਾ ਪੂਰਾ ਖੂਬ ਜੀ ਕੋਲੀਆਂ ਕੋਲ ਕੋਲ ਟੀਕੇ ਲਾਈ ਜਾਂਦਾ ਰਹਿੰਦਾ ਜੀ ਕੋਲੋਂ ਆਪਦੇ ਖੁਦ ਸਰਿੰਜਾਂ ਵੀ ਦੇ ਦਿੰਦੇ ਜੀ ਕਹਿੰਦੇ ਜੇ ਤੁਹਾਡੇ ਕੋਲ ਨਹੀਂ ਪੈਸੇ ਹੈਗੇ ਤਾਂ ਸਾਡੇ ਕੋਲੋਂ ਪੈਸੇ ਲੈ ਜਾਓ ਸਰਿੰਜਾਂ ਜਾ ਕੇ ਲੈ ਕੇ ਖਰੀਦ ਕੇ ਲਿਆ ਕੇ ਆਪ ਖੁਦ ਲਾਓ ਜਾ ਕੇ ਜੀ ਹਾਂਜੀ ਉਹ ਅੱभी ਵੀ ਨਸ਼ਾ ਕਰ ਰਹਾ ਹੈ ਆਪ ਦਾ ਬੱਚਾ ਹਾਂਜੀ ਪੂਰਾ ਕਰਦਾ ਜੀ ਨਸ਼ਾ ਮੇਰਾ ਬੱਚਾ ਹਾਂਜੀ ਹਾਂਜੀ ਮੇਰੇ ਘਰ ਵਾਲਾ ਤਾਂ ਹੈ ਨਹੀਂ ਜੀ ਡੈਥ ਹੋਈ ਹੋਈ ਸਾਲ ਹੋਇਆ ਜੀ ਇੱਕ ਨਸ਼ਾ ਖਾ ਕੇ ਮੁੱਕ ਗਿਆ ਜੀ ਉਹ ਵੀ ਨਸ਼ਾ ਖਾ ਕੇ ਹਾਂ ਤੋ ਕਿਤ ਕਿਤਨੇ ਹੋਗੇ ਹੋਗੇ ਸਾਲੋਂ ਕੀ ਅਗਰ ਬਾਤ ਕਰੇ ਤਾਂ ਕਿਤਨੇ ਬੱਚੇ ਚਪੇਟ ਮੇ ਹੈ ਨਸ਼ੇ ਕੀ ਬਹੁਤ ਜ਼ਿਆਦਾ ਬਹੁਤ ਹੋ ਗਏ ਨਸ਼ੇ ਜੀ ਬਹੁਤ ਬੱਚੇ ਬਰਬਾਦ ਹੋ ਰਣਾ ਨਸ਼ੇ ਜੀ ਜੀ ਹਾਂ ਜੀ ਸਾਰੇ ਨਸ਼ਾ ਖਾਂਦੇ ਸਾਰੇ ਬੱਚੇ ਵੇਚਦੇ ਸਾਰੇ ਖਾਂਦੇ ਬੱਚੇ ਬਰਬਾਦ ਮੇਰੀ ਤਾਂ ਇਹ ਫਰਿਆਦ ਵੀ ਇਤੋਂ ਨਸ਼ਾ ਖਤਮ ਹੋਣਾ ਚਾਹੀਦਾ ਵੋਟਾਂ ਵਾਸਤੇ ਤਾਂ ਆ ਜਾਂਦੇ ਨੇ ਹੱਥ ਜੋੜਦੇ ਤੇ ਨਸ਼ਿਆਂ ਵਾਸਤੇ ਜਿਹੜੇ ਐਮਪੀ ਮੰਤਰੀ ਬਣਦੇ ਉਹੀ ਪਹਿਲੇ ਨਸ਼ਾ ਵੇਚਦੇ ਨੇ ਗੋਲੀ ਖਾਣੇ ਵਾਲਿਆਂ ਨੂੰ ਗੋਲੀਆਂ ਦਿੰਦੇ ਨੇ दारू ਵਾਲਿਆਂ ਨੂੰ दारू ਦਿੰਦੇ ਨੇ ਫਿਰ ਵੋਟਾਂ ਮੰਗਦੇ ਨੇ ਉਹੀ ਪੈਸੇ ਦੇ ਦੇਣ ਖਲੋ ਕੇ ਆਪਦੇ ਘਰ ਦਾ ਖਰਚਾ ਚਲਾਵੇ ਨਸ਼ਾ ਕਿਉਂ ਵੇਚਦੇ ਨਸ਼ਾ ਬੰਦ ਹੋਣਾ ਚਾਹੀਦਾ ਜੀ ਮੇਰਾ ਮੁੰਡਾ ਜੀ ਕੋਹਰਾ ਸਿੰਘ ਸੀਗਾ ਉਹਨੇ ਨਾ ਨਸ਼ੇ ਦੇ ਖਿਲਾਫ ਮਨਿਆਦੀ ਕਰੀ ਸੀ ਗੁਰਦੁਆਰੇ ਵੀ ਮੇਰੇ ਨਾਲ ਸਾਰੇ ਰਲੋ ਤੇ ਵੀ ਆਪਾਂ ਨਸ਼ਾ ਚਕਾਵਾਂਗੇ ਉਹਨਾਂ ਨੇ ਮੇਰੇ ਮੁੰਡੇ ਦਾ ਗੁਰਦੁਆਰੇ ਜਾ ਕੇ ਸਿਰ ਪਾੜਤਾ ਮੈਂ ਆਪਦੇ ਮੁੰਡੇ ਤੇ 2 ਲੱਖ ਰੁਪਏ ਲਈ ਬੈਠਿਆ ਮੈਨੂੰ ਪਤਾ ਹਜੇ ਤੱਕ ਮੈਂ ਕਰਜ਼ਾ ਲਈ ਬੈਠਿਆ ਪਰ ਸਰਕਾਰ ਨੇ ਸਾਡੀ ਕੋਈ ਸੁਣਾਈ ਨਹੀਂ ਕਰੀ ਜਿਨ੍ਹਾਂ ਨੇ ਮੇਰਾ ਲੜਕਾ ਮਰਵਾਇਆ ਜੀ ਉਹਨਾਂ ਬੰਦਿਆਂ ਨੇ ਇਹਨੇ ਇਹਦੇ ਨਸ਼ੇ ਦੇ ਕਾਰਨ ਕਾਰਵਾਈ ਕਰਾਉਂਦਾ ਸੀਗਾ ਤੇ ਉਹਦਾ ਸਿਰ ਪਾੜਦਾ ਜੀ ਇਹਨਾਂ ਨੇ ਜਾ ਕੇ ਗੁਰਦੁਆਰੇ ਦੇ ਵਿੱਚ ਗੁਰੂ ਘਰ ਉਹ ਇਹਨਾਂ ਨੇ ਤਾਂ ਕੋਈ ਕਮੀ ਨਹੀਂ ਛੱਡੀ ਮਾਰ ਕੇ ਸੜਦਾ ਸੀ ਉਹ ਤਾਂ ਮਾਲਕਾ ਸਾਨੂੰ ਡਰਿਆ ਵੀ ਸਾਨੂੰ ਧਮਕੀਆਂ ਦਿੰਦੇ ਅਸੀਂ ਖੇਤਵੰਨੇ ਜੀ ਕੱਲੀਆਂ ਨੇ ਵੀ ਜਾਣਾ ਸਾਨੂੰ ਇਹਨਾਂ ਦਾ ਡਰ ਹੈ ਜੀ ਸਾਡੇ ਨਾਲ ਕੁਝ ਵੀ ਕਰ ਸਕਦੇ ਨੇ ਹਾਂ ਪਾਈ ਸੀ ਨਸ਼ੇ ਖਿਲਾਫ ਮੇਰੇ ਘਰੇ ਆ ਕੇ ਮੈਨੂੰ ਧਮਕੀਆਂ ਦਿੱਤੀ ਤੇ ਮੈਂ ਘਰੇ ਟੱਕਰੀ ਨਹੀਂ ਸੀ ਗੀ। ਨੇ ਕੀ ਕੀ ਵੀਡੀਓ ਵਿੱਚ ਕੀ ਪਾ ਲਾ? ਵੀਡੀਓ ਵਿੱਚ ਆਈ ਕਿ ਭਈ ਨਸ਼ੇ ਬੰਦ ਕਰੋ 20-20 ਸਾਲਾਂ ਦੇ ਲਾਕੇ ਤੇ 15 ਦਾ 10 ਸਾਲਾਂ ਦੇ ਬੱਚੇ ਨਸ਼ਾ ਖਾਂਦੇ ਨੇ। ਭਈ ਨਸ਼ਾ ਬੰਦ ਹੋਣਾ ਚਾਹੀਦਾ। ਭਈ ਲੋਕਾਂ ਦੇ ਬੱਚੇ ਬਰਬਾਦ ਹੋਈ ਜਾਂਦੇ ਨੇ, ਲੋਕਾਂ ਦੇ ਘਰ ਉਜੜੀ ਜਾਂਦੇ। ਤੇ ਮੇਰੇ ਘਰ ਮਨੋਰ ਡਾਕਟਰ ਨੇ ਤੇ ਇਹਨਾਂ ਨੇ ਘਰੇ ਜਿਹੜੇ ਤੇ ਗੇੜਾ ਮਾਰਿਆ। ਗੱਲ ਕਰ ਮੈਂ ਘਰੇ ਟੱਕਰੀ ਨਹੀਂ। ਨਹੀਂ ਤਾਂ ਇਹਨਾਂ ਨਾਲ ਬੰਨ ਕੇ ਕੁੱਟ ਦੀ ਮਰੀ ਤਾਂ ਅਸੀਂ ਪਈਆਂ ਹੀ ਆ। ਜਿੰਨਾ ਮਾਵਾਂ ਦੇ ਪੁੱਤ ਤੁਰ ਜਾਂਦੇ ਜਿਉਂਦੀਆਂ ਥੋੜੋਂ ਨੇ ਵਿਚਾਰਾਂ ਤਨ 300 ਦਿਹਾੜੀ ਲੈਂਦੀਆਂ ਤੇ ਉਦੋਂ ਜ਼ਿਆਦੇ ਬੰਦਾ ਨਸ਼ੇ ਕਰ ਜਾਂਦੇ ਆ ਮਾਂ ਮਾਂਜ ਕੇ ਰੋਟੀ ਪਕਾ ਕੇ ਬਰਤਨ ਮਾਂਜ ਕੇ ਮੈਂ ਬੱਚਾ ਪਾਲਿਆ ਸੀ ਆਪਦਾ 20 ਸਾਲ ਦਾ ਜੀ ਮੇਰੇ ਘਰ ਦਾ ਦੀਵਾ ਹੀ ਗੁੱਲ ਹੋ ਗਿਆ ਜੀ ਮੇਰਾ ਪੁੱਤ ਤਾਂ ਮਰੀ ਗਿਆ ਮੈਂ ਮਰੀ ਪਈ ਆ ਮਾਂ ਹਾਂ ਜੀ ਗੱਲਾਂ ਕਾਤੋਂ ਨਹੀਂ ਸੁਣਦੀ ਆਹੇ ਕੰਮ ਜਿਹੜੇ ਸਾਰੇ ਕਿਸ ਤਰ੍ਹਾਂ ਸੇ ਮਹਿਲਾਵਾਂ ਦਾ ਜੋ ਦਰਦ ਹੈ ਉਹ ਜ਼ੁਬਾਨ 'ਤੇ ਹੈ ਕੁਝ ਹੋਰ ਲੋਕ ਹਮਾਰੇ ਸਾਥ ਹੈ ਜੀ ਸਰ ਹਾਂ ਜੀ ਮੇਰਾ ਨਾਮ ਲਛਮਣਾ ਜੀ ਜੀ ਤਾਂ ਕਿਆ ਮਹਿਲਾਇਂ ਜੋ ਕਹਿ ਰਹੀਆਂ ਹੈਂ ਜੋ આરોਪ ਲਗਾ ਰਹੀਆਂ ਹੈਂ ਕਿ ਲਗਾਤਾਰ ਮੌਤ ਹੋ ਰਹੀ ਹੈ ਚਿੱਟੇ ਸੇ ਤਾਂ ਵਿਅਕਤੀ ਹੈ ਜੋ ਲੋਗ ਹੈ ਉਹ ਇਕੱਤਰਿਤ ਨਹੀਂ ਹੁੰਦੇ ਐਸੇ ਲੋਗਾਂ ਦੇ ਖਿਲਾਫ ਜੀ ਸਹੀ ਹੈ ਜੀ ਬਿਲਕੁਲ ਸਹੀ ਗੱਲ ਹੈ ਇਹ ਇਹ ਗਲਤ ਗੱਲ ਨਹੀਂ ਗੀ ਜੋ ਕਹ ਨਹੀਂ ਆਣਾ ਹੋ ਮਾਤਾ ਮਾਣਾਂ ਨੂੰ ਤਾਂ ਜ਼ਿਆਦਾ ਪਤਾ ਹੁੰਦਾ ਬੰਦਿਆਂ ਨਾਲ ਵੀ ਜ਼ਿਆਦਾ ਪਤਾ ਹੁੰਦਾ ਤੇ ਆਹ ਗੱਲ ਝੂਠ ਨਹੀਂ ਗੀ ਇਸ ਗੱਲ ਦੇ ਤਾਂ ਫਿਰ ਲੋਕ ਇਕੱਠੇ ਕਿਉਂ ਨਹੀਂ ਹੁੰਦੇ ਇਕੱਠੇ ਤਾਂ ਹੁਣ ਕਿ ਕਿਤਨਾ ਬੜਾ ਗਾਉ ਹੈ ਹੁਣ ਕਿ ਇੱਕ ਦੂਜੇ ਦੇ ਚੋਰ ਨਾ ਜੀ ਅੱਛਾ ਹਾਂਜੀ ਨਸ਼ਾ ਦੇ ਹੀ ਜਾਂਦੇ ਜੀ ਬੰਦਿਆਂ ਨੂੰ ਨਸ਼ਾ ਦੇ ਹੀ ਜਾਂਦੇ ਆ ਜਨਾਨੀਆਂ ਕੀ ਕਰਨ ਭਾਂਡੇ ਵੇਚੀ ਜਾਂਦੇ ਆ ਘਰੋਂ ਬੰਦੇ ਨਸ਼ਾ ਕਰੀ ਜਾਂਦੇ ਭਾਂਡੇ ਵੇਚ ਲੈ ਕਦੇ ਬਾਹਰੋਂ ਕਮਾ ਕੇ ਲਿਆਉਂਦਿਆਂ ਉਹ ਵੇਖੀ ਉਹ ਕਰ ਲੈਂਦੇ ਆ ਲੈ ਜਾਂਦੇ ਖੋਖੋ ਕੇ ਹੈ ਜਨਾਨੀਆਂ ਕੀ ਕਰਨ ਉੱਥੇ ਕੁਝ ਹੋਰ ਲੋਕ ਵੀ ਹਾਂਜੀ ਆ ਵੀ ਸੀ ਗਾਉਂ ਕੇ ਸਰ ਹਾਂਜੀ ਹਾਂਜੀ ਜੀ ਜੀ ਇਹ ਨਸ਼ਾ ਬਹੁਤ ਟਾਈਮ ਤੋਂ ਚੱਲ ਰਿਹਾ ਸਾਡੇ ਪਿੰਡ ਚ ਪਰ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਇਹਦੀ ਬਹੁਤ ਮੌਤਾਂ ਹੋ ਗਈਆਂ ਇਸ ਨਾਲ ਪਰ ਪਿੰਡ ਦਾ ਜਿੱਨਾ ਚਿਰ ਏਕਾ ਨਹੀਂ ਹੁੰਦਾ ਉਹਨਾਂ ਚਿਰ ਇਸ ਦਾ ਕੋਈ ਹੱਲ ਨਹੀਂ ਹੁੰਦਾ ਜੀ ਜੀ हाँ जी अभी एकत्रित होंगे लोग आपको क्या लग रहा है? सर हमारी तो यही मांग है भी नशा बेचने वाले को कानूनी कार्रवाई की जाए जी हाँ सर ये यही है जी। आपको दिखा रहे हैं तमाम जो महिलाएं हैं वो आज एकत्रित हुई हैं और ये कहा है कि जो नशा बेचने वाले हैं उनके खिलाफ जो है सख्त से सख्त कार्रवाई की जाए यानी कि जो महिलाएं हैं अब घरों से निकल के जो नशा तस्कर है उनके खिलाफ एकत्रित हो गई हैं क्योंकि लगातार यहाँ पर जो है डेथ हो चुकी है किसी ने अपना बेटा खोया है तो किसी ने अपना पति खोया है तो ज़्यादा से ज़्यादा इस वीडियो को आप शेयर जरूर कर दीजिए और कमेंट सेक्शन में आप अपनी राय जरूर दीजिए कि इस पूरी वीडियो को लेकर के आप क्या सोचते हैं बहुत बहुत शुक्रिया